ਦੇਸ਼ ਵਿਦੇਸ਼ 'ਚ ਵੱਸਦੇ ਅਜੀਤ ਵੈਬ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਅਜੀਤ ਵੈਬ ਟੀਵੀ ਦਰਸ਼ਕਾਂ ਨੂੰ ਅਜਿਹੇ ਸ਼ਖਸੀਅਤਾਂ ਨਾਲ ਮਿਲਾਉਂਦਾ ਹੈ ਜਿਨ੍ਹਾਂ ਦਾ ਸਮਾਜ ਦੇ ਵਿੱਚ ਵਡਮੁੱਲਾ ਯੋਗਦਾਨ ਹੈ, ਕਿਸੇ ਖੇਡ ਦੇ ਖੇਤਰ 'ਚ, ਫਿਲਮੀ ਖੇਤਰ 'ਚ ਜਾਂ ਕਲਾ ਦੇ ਖੇਤਰ 'ਚ। ਅਤੇ ਅੱਜ ਅਸੀਂ ਜਿਸ ਸ਼ਖਸੀਅਤ ਨਾਲ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦਾ ਰੂਬਰੂ ਕਰਾਉਣ ਜਾ ਰਹੇ ਹਾਂ, ਉਹਨਾਂ ਦਾ ਸਾਹਿਤ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਹੈ। ਮੇਰੀ ਮੁਰਾਦ ਮੈਡਮ ਚੰਦਨ ਨੇਗੀ ਜੀ ਤੋਂ ਹੈ, ਜਿਨ੍ਹਾਂ ਨੂੰ ਹੁਣੇ ਹੁਣੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਮਿਲਿਆ ਹੈ। ਅਸੀਂ ਉਹਨਾਂ ਨੂੰ ਇਸ ਸ਼ੁਭ ਮੌਕੇ 'ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਅਤੇ ਅੱਜ ਇਸ ਵੈਬ ਟੀਵੀ ਦੇ ਜ਼ਰੀਏ ਅਸੀਂ ਦਰਸ਼ਕਾਂ ਨਾਲ ਉਹਨਾਂ ਦਾ ਰੂਬਰੂ ਕਰਾਉਣ ਜਾ ਰਹੇ ਹਾਂ। ਮੈਡਮ ਚੰਦਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਮੈਡਮ, ਤੁਹਾਡਾ ਨਾਮ ਚੰਦਨ ਦੀ ਖੁਸ਼ਬੂ ਵਰਗਾ ਤਰਜਮਾਨੀ ਕਰਦਾ ਤੁਹਾਡੀ ਸ਼ਖਸੀਅਤ ਦੀ। ਉਸ ਦੌਰ 'ਚ ਜਦੋਂ ਤੁਸੀਂ 1937 'ਚ ਤੁਹਾਡਾ ਜਨਮ ਹੁੰਦਾ ਹੈ, ਤਾਂ ਉਸ ਸਮੇਂ ਤੁਹਾਡੇ ਮਾਪਿਆਂ ਦੀ ਤੁਹਾਡੇ ਪ੍ਰਤੀ ਕਿੰਨੀ ਜ਼ਿਆਦਾ ਖਿੱਚ ਸੀ ਤੁਹਾਡੇ ਨਾਮ ਤੋਂ ਪਤਾ ਲੱਗਦਾ। ਥੋੜ੍ਹਾ ਜਿਹਾ ਆਪਣੇ ਪਰਿਵਾਰਕ ਪਿਛੋਕੜ ਬਾਰੇ ਜਾਣੂ ਕਰਵਾਓ। ਕੁਲਜੀਤ ਜੀ, ਮੇਰੇ ਪਾਪਾ ਜੀ ਪਿਸ਼ਾਵਰ ਸ਼ੁਰੂ ਤੋਂ ਹੀ ਕਹਾਣੀਆਂ ਲਿਖਦੇ ਸੀ। ਮੈਨੂੰ ਉਹਨਾਂ ਦੀਆਂ ਕਹਾਣੀਆਂ 1929 'ਤੇ ਲੈ ਕੇ 1946 ਤੱਕ ਦੀਆਂ ਕਹਾਣੀਆਂ ਮਿਲੀਆਂ ਨੇ, ਅਤੇ ਕਵਿਤਾ ਵੀ ਬੜੀ ਲਿਖਦੇ ਸੀ। ਕਵਿਤਾ ਦੇ ਕਿਉਂਕਿ ਤਨੇ ਸਨ, ਅਤੇ ਤਨੀ ਰਾਮ ਚਾਤਰਕ ਜੀ ਦਾ ਉਹਨਾਂ ਦਿਨਾਂ ਦੇ ਵਿੱਚ ਹੀ ਚੰਦਨਵਾੜੀ ਇੱਕ ਸੰਗ੍ਰਹਿ ਛਪਿਆ ਸੀ। ਮੇਰਾ ਖਿਆਲ ਹੈ ਉਹਨਾਂ ਨੇ ਚੰਦਨਵਾੜੀ ਤੋਂ ਹੀ ਮੇਰਾ ਨਾਂ ਚੰਦਨ ਰੱਖਿਆ ਸੀ। ਠੀਕ ਹੈ। ਅਤੇ ਜਦੋਂ ਤੁਸੀਂ ਮੈਮ ਵਿਆਹਤਾ ਜ਼ਿੰਦਗੀ 'ਚ ਪ੍ਰਵੇਸ਼ ਕੀਤਾ, ਮਤਲਬ ਪਿਤਾ ਦੇ ਬਾਅਦ ਪਤੀ ਦਾ ਸਾਥ ਤੁਹਾਨੂੰ ਮਿਲਿਆ, ਉਸ ਸਾਥ ਦੇ ਵਿੱਚ ਇਸ ਨਾਮ ਦੇ ਨਾਲ ਨਾਲ ਤੁਸੀਂ ਸਾਹਿਤ ਕਲਾ 'ਚ ਵੀ ਪ੍ਰਵੇਸ਼ ਕੀਤਾ। ਖੁਸ਼ਬੂ ਚੰਦਨ ਦੀ ਜਿਹੜੀ ਸਾਹਿਤ ਖੇਤਰ 'ਚ ਤੁਹਾਡੀ ਤੁਸੀਂ ਫੈਲਾਈ, ਤੁਹਾਡੇ ਪਤੀ ਦਾ ਕਿੰਨਾ ਯੋਗਦਾਨ ਹੈ ਤੁਹਾਡੀ ਸਾਹਿਤ ਕਲਾ ਦੇ ਵਿੱਚ? ਕੁਲਜੀਤ, ਜਦੋਂ ਮੇਰੀ ਸ਼ਾਦੀ ਹੋਈ ਤਾਂ ਮੈਂ ਮਸਾਂ ਮੈਟ੍ਰਿਕ ਪਾਸ ਕੀਤੀ ਸੀ। ਮੈਟ੍ਰਿਕ ਅਤੇ ਸ਼ਾਦੀ ਦੇ ਵਿੱਚ 2 ਮਹੀਨੇ ਦਾ ਸਮਾਂ ਸੀ, ਜਿਸ ਵਿੱਚ ਕਿ ਮੈਂ ਗਿਆਨੀ ਕਰ ਲਿੱਤੀ। ਪਟਿਆਲਾ ਗਿਆਨੀ ਕਾਲਜ ਤੋਂ ਜਦੋਂ ਮੈਂ ਗਿਆਨੀ ਕੀਤੀ ਤਾਂ ਆਈ ਸਟੂਡ ਸੈਕਿੰਡ ਇਨ ਪੰਜਾਬ ਯੂਨੀਵਰਸਿਟੀ। ਦਲੀਪ ਕੌਰ ਟਿਵਾਣਾ BA ਤੋਂ ਬਾਅਦ ਕਰ ਰਹੇ ਸਨ ਗਿਆਨੀ, ਅਤੇ ਮੈਂ 10ਵੀਂ ਤੋਂ ਬਾਅਦ। ਉਸ ਤੋਂ ਬਾਅਦ ਮੇਰਾ ਵਿਆਹ ਹੋ ਗਿਆ, ਪਰ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ, ਅਤੇ ਮੈਂ ਆਪਣੇ ਸਹੁਰਾ ਸਾਹਿਬ ਨੂੰ ਗਜ਼ ਲੰਮੇ ਝੁੰਡ ਵਿੱਚੋਂ ਕਿਹਾ ਕਿ ਬਾਊ ਜੀ, ਮੈਂ ਤਾਂ ਪੜ੍ਹਨਾ ਚਾਹੁੰਦੀ ਹਾਂ। ਅਤੇ ਕਹਿੰਦੇ ਬੱਚੇ ਪੜ੍ਹ। ਫਿਰ ਉਹਨਾਂ ਨੇ ਮੈਨੂੰ ਇੱਕ ਗੱਲ ਹੋਰ ਕਹੀ ਕਿ ਬੇਟਾ, ਸਾਡੇ ਵਿੱਚ ਰਿਵਾਜ਼ ਹੈ ਕਿ ਅਸੀਂ ਘਰ ਆਈ ਨਵੀਂ ਧੀ ਦਾ ਜਦੋਂ ਸਾਡੇ ਘਰ ਜਨਮ ਹੁੰਦਾ ਹੈ ਤਾਂ ਅਸੀਂ ਉਸਦਾ ਨਾਂ ਵੀ ਨਵਾਂ ਰੱਖਣਾ। ਠੀਕ ਹੈ। ਮੈਂ ਕਿਹਾ ਬਾਊ ਜੀ, ਮੈਨੂੰ ਤਾਂ ਆਪਣਾ ਨਾਂ ਬੜਾ ਪਸੰਦ ਹੈ। ਤਾਂ ਉਹਨਾਂ ਨੇ ਜ਼ੋਰ ਦੀ ਉੱਥੋਂ ਹੀ ਕਮਰੇ 'ਚੋਂ ਆਵਾਜ਼ ਮਾਰੀ ਮਾਤਾ ਜੀ ਨੂੰ, ਸਰਨ ਕੌਰੇ, ਮੇਰੀ ਸੱਸ ਜੀ ਦਾ ਨਾਂ ਸੀ, ਕਿ ਇਹ ਨਾਂ ਚੰਦਨ ਮੈਨੂੰ ਵੀ ਬੜਾ ਪਸੰਦ ਹੈ ਅਤੇ ਕੁੜੀ ਦਾ ਨਾਂ ਚੰਦਨ ਹੀ ਰਹਿਣ ਦਿਓ। ਠੀਕ ਹੈ। ਅਤੇ ਬਸ ਫਿਰ ਚੰਦਨ ਹੀ, ਮਤਲਬ ਤੁਹਾਨੂੰ ਸਬੱਬ ਨਾਲ ਇਹੋ ਜਿਹਾ ਪਰਿਵਾਰ ਮਿਲਿਆ ਜਿਹਨੇ ਤੁਹਾਨੂੰ ਸਾਹਿਤ ਕਲਾ ਦੇ ਵਿੱਚ। ਮੈਂ ਵਿਆਹ ਤੋਂ 15 ਦਿਨਾਂ ਬਾਅਦ ਹੀ ਕਾਲਜ ਜਾਣਾ ਸ਼ੁਰੂ ਕਰ ਦਿੱਤਾ। ਠੀਕ ਹੈ। ਅਤੇ ਮੈਂ ਵਿਆਹ ਤੋਂ ਬਾਅਦ ਹੀ ਪੜ੍ਹਾਈ ਕੀਤੀ ਹੈ, BA ਤੱਕ ਫਿਰ ਚੱਲਦਾ ਰਿਹਾ। ਇੱਥੋਂ ਤੱਕ ਕਿ ਮੈਂ ਖਾਲੀ ਕਦੀ ਵੀ ਬੈਠਣਾ ਮੈਨੂੰ ਚੰਗਾ ਨਹੀਂ ਲੱਗਿਆ। ਵੱਡੀ ਬੇਟੀ ਜਦੋਂ ਸਕੂਲ ਜਾਣ ਲੱਗੀ ਤਾਂ ਫਿਰ ਬੋਰ ਹੁੰਦੀ ਸਾਂ, ਉਦੋਂ ਸਿਤਾਰ ਸਿੱਖਦੀ ਸਾਂ, ਖੂਬ ਸਿਤਾਰ ਵਜਾਉਂਦੀ ਸਾਂ, ਖੂਬ ਮਸਤ ਹੋ ਜਾਂਦੀ ਸਾਂ ਸਿਤਾਰ ਦੇ ਵਿੱਚ। ਉਸ ਤੋਂ ਬਾਅਦ ਸਾਡੀ ਜੰਮੂ ਟ੍ਰਾਂਸਫਰ ਹੋ ਗਈ, ਅਤੇ ਜੰਮੂ ਮੇਰੀ ਦੂਸਰੀ ਬੇਟੀ ਦਾ ਜਨਮ ਹੋਇਆ। ਦੂਸਰੀ ਬੇਟੀ ਵੀ ਜਦੋਂ ਸਕੂਲ ਜਾਣ ਲੱਗ ਪਈ ਤਾਂ ਫਿਰ ਹੋਈ ਬੋਰੀਅਤ। ਠੀਕ ਹੈ। ਕਿਉਂਕਿ ਪਤੀ ਦੇ ਇੰਡੀਅਨ ਏਅਰਲਾਈਨਸ ਵੀ ਸਨ, ਅਤੇ ਜਹਾਜ਼ਾਂ ਦੇ ਵਕਤ ਦਾ ਪਤਾ ਹੀ ਨਹੀਂ, ਜੇ ਮੌਸਮ ਖਰਾਬ ਹੈ ਤਾਂ ਜਹਾਜ਼ ਵੀ ਦੇਰ ਨਾਲ, ਜੇ ਜਹਾਜ਼ ਨੂੰ ਕੁਝ ਹੋਇਆ ਜਾਂ ਲੇਟ ਹੋ ਗਿਆ ਜਾਂ ਕੁਛ, ਤਾਂ ਟਾਈਮ ਦਾ ਕੁਝ ਪਤਾ ਹੀ ਨਹੀਂ ਸੀ ਹੁੰਦਾ। ਬੜੀ ਬੋਰੀਅਤ ਨੇ ਮੈਨੂੰ ਲੇਡੀਜ਼ ਕਲੱਬ ਵੱਲ ਤੱਕਿਆ। ਲੇਡੀਜ਼ ਕਲੱਬ ਜਿਹੜੀ ਉਹ ਇਹ ਨਹੀਂ ਸੀ ਕਿ ਹਾਂਜੀ ਜਿਸ ਤਰ੍ਹਾਂ ਕਲੱਬਾਂ ਵਿੱਚ ਤਾਸ਼ ਅਤੇ ਜੂਏ ਅਤੇ ਹੈ, ਉਹ ਨਹੀਂ। ਦੈਟ ਵਾਜ਼ ਏ ਸੋਸ਼ਲ ਅਦਾਰਾ। ਔਰ ਤੁਹਾਨੂੰ ਪਤਾ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਸੋਸ਼ਲ ਵਰਕ ਹੈ, ਉਹ ਇਹ ਨਹੀਂ ਕਿ ਕਿਸੇ ਨੂੰ ਫੀਸ ਦੇ ਦਿੱਤੀ, ਕਿਸੇ ਨੂੰ ਮਸ਼ੀਨਾਂ ਦੇ ਦਿੱਤੀਆਂ, ਨਹੀਂ। ਮੇਰੇ ਹੁੰਦਿਆਂ ਉੱਥੇ, ਮੈਂ ਉੱਥੇ 1962 ਦੀ ਲੜਾਈ, 1965 ਦੀ ਲੜਾਈ, 1971 ਦੀ ਲੜਾਈ, ਤਿੰਨੋਂ ਲੜਾਈਆਂ ਮੈਂ ਆਪਣੇ ਪਿੰਡੇ ਉੱਤੇ ਉੱਥੇ ਭੁਗਤੀਆਂ ਨੇ। ਔਰ ਤੁਹਾਨੂੰ ਪਤਾ ਹੈ ਕਿ ਉਹ ਚਾਰੇ ਪਾਸੇ ਜਦੋਂ, ਖਾਸ ਕਰਕੇ 1962 ਦੀ ਲੜਾਈ ਵਿੱਚ ਚਾਈਨਾ ਬਾਰਡਰ ਉੱਤੇ ਸਾਡੇ ਫੌਜ ਜਾਂਦੀ ਸੀ, ਜਿਹਨਾਂ ਕੋਲ ਨਾ ਗਰਮ ਕੱਪੜੇ ਹੁੰਦੇ ਸਨ, ਨਾ ਪੈਰਾਂ ਵਿੱਚ ਬਰਫਾਂ ਵਾਲੇ ਬੂਟ ਹੁੰਦੇ ਸਨ, ਤਿਆਰ ਹੀ ਨਹੀਂ ਸੀ ਸਾਡੀ ਫੌਜ ਬਿਲਕੁਲ। ਉਹਨਾਂ ਦਿਨਾਂ ਵਿੱਚ ਬੜਾ ਸੋਸ਼ਲ ਵਰਕ, ਸਾਰਾ ਜੰਮੂ ਕਸ਼ਮੀਰ ਇੱਕ ਕਿਸਮ ਦਾ ਉਹਨਾਂ ਵਾਸਤੇ ਕੱਪੜੇ ਬਣਾਉਣ ਵਿੱਚ ਲੱਗ ਪਿਆ ਸੀ।
ਤੇ ਇਹ ਸੋਸ਼ਲ ਜਿਹੜਾ ਕੰਮ ਹੈ ਇਸਨੇ ਮੈਨੂੰ ਰੈੱਡ ਕਰਾਸ ਵੱਲ ਤੱਕਿਆ। ਠੀਕ ਹੈ। ਰੈੱਡ ਕਰਾਸ ਦੀ ਕਨਵੀਨਰ ਬਣੀ, ਦੈਨ ਚਾਈਲਡ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਨਾਲ ਜੁੜੀ, ਵੂਮਨ ਵੈਲਫੇਅਰ ਐਸੋਸੀਏਸ਼ਨ ਨਾਲ ਜੁੜੀ। ਇਸ ਤਰ੍ਹਾਂ ਕਰਦੇ ਕਰਦੇ ਫਿਰ ਜਦੋਂ ਰੈੱਡ ਕਰਾਸ ਵਾਸਤੇ ਅਸੀਂ ਪੈਸੇ ਜਮ੍ਹਾਂ ਕਰਨੇ ਹੁੰਦੇ ਸਨ ਤਾਂ ਮੈਂ ਐਸੀ ਜਨਰਲ ਸੈਕਰੇਟਰੀ ਫੇਟ ਲਗਾਉਣੇ ਸ਼ੁਰੂ ਕੀਤੇ। ਔਰ ਜੰਮੂ ਦੇ ਵਿੱਚ ਕਿਉਂਕਿ ਹੋਰ ਕੋਈ ਰਿਕ੍ਰੀਏਸ਼ਨ ਨਹੀਂ ਸੀ, ਇੱਕ ਫੇਟ ਲੱਗਣਾ, ਵਿਸਾਖੀ ਦਾ ਮੇਲਾ ਲੱਗਣਾ ਬੜੀ ਵੱਡੀ ਸ਼ਹਿਰ ਵਾਸਤੇ ਗੱਲ ਹੋ ਜਾਂਦੀ ਸੀ। ਇੱਕ ਦਿਨ ਵਿੱਚ ਲੱਖਾਂ ਰੁਪਏ ਸੀ ਰੈੱਡ ਕਰਾਸ ਵਾਸਤੇ ਜਮ੍ਹਾਂ ਕਰਨੇ। ਲੋਕ ਉਡੀਕਦੇ ਸਨ ਕਿ ਕਦੋਂ ਫੇਟ ਲੱਗੇਗਾ, ਅਤੇ ਉਸਨੇ ਮੈਨੂੰ ਇੱਕ ਰੇਡੀਓ ਦਾ ਵੀ ਰਸਤਾ ਦੱਸਿਆ, ਇੱਕ ਪੜ੍ਹਨ ਲਈ ਰੇਡੀਓ ਵਾਲੇ। ਮਤਲਬ ਤੁਸੀਂ ਮੀਡੀਆ ਨਾਲ ਜੁੜੇ, ਇਸ ਤੋਂ ਪਹਿਲਾਂ ਤੁਸੀਂ ਮੀਡੀਆ, ਕਿਉਂਕਿ ਉੱਥੇ ਜਦੋਂ ਆਏ ਫੇਟ ਦੇ ਵਿੱਚ ਡਾਕਟਰ ਅਗਰਵਾਲ ਆਏ ਅਤੇ ਕਹਿਣ ਲੱਗੇ ਮੈਨੂੰ ਤੇਰੀ ਪੰਜਾਬੀ ਬੜੀ ਪਸੰਦ ਹੈ ਬਈ, ਕਿਉਂਕਿ ਤੇਰੀ ਪੰਜਾਬੀ ਜੰਮੂ ਵਾਲਿਆਂ ਤੋਂ ਵੱਖਰੀ ਹੈ। ਉਹ ਤਾਂ ਨੈਚੁਰਲੀ ਹੋਣੀ ਸੀ ਕਿ ਡੋਗਰਾ ਟਿੰਜ ਤਾਂ ਹੈ ਪਰ ਡੋਗਰੀ ਨਾਈਸ ਪੰਜਾਬੀ ਨਹੀਂ ਹੈਗੀ ਮੇਰੀ, ਮੇਰੀ ਪੰਜਾਬੀ ਹਿੰਦਕੋ ਦੇ ਨੇੜੇ ਆ। ਸੋ ਮੈਂ ਰੇਡੀਓ ਕਸ਼ਮੀਰ ਜੰਮੂ ਤੋਂ ਪੰਜਾਬੀ ਪ੍ਰੋਗਰਾਮ ਪੇਸ਼ ਕਰਨਾ ਸ਼ੁਰੂ ਕਰਤਾ। ਜਦੋਂ ਤੁਸੀਂ ਰੇਡੀਓ ਸਟੇਸ਼ਨ ਨਾਲ ਜੁੜੇ ਅਤੇ ਉਸੇ ਸੇਮ ਟਾਈਮ 'ਤੇ ਜਿਹੜੀਆਂ ਲੜਾਈਆਂ ਨੇ ਉਸ ਸਮੇਂ ਹਿੰਦ ਪਾਕ ਦੀ ਜਾਂ ਹੋਰ ਉਸ ਸਮੇਂ ਦੇ ਹਾਲਾਤ ਇਸ ਤਰ੍ਹਾਂ ਬਣੇ, ਕੀ ਤੁਸੀਂ ਆਪਣੇ ਮੀਡੀਆ ਦੇ ਜ਼ਰੀਏ ਇਸ ਚੀਜ਼ ਨੂੰ ਜੋ ਸੁਣਨ 'ਚ ਆਇਆ ਕਿ ਤੁਸੀਂ ਕਾਫੀ ਜਿਹੜਾ ਆ ਇਸ ਗੱਲ 'ਤੇ ਆਪਣਾ ਸਟੈਂਡ ਲਿਆ ਕਿ ਦੇਸ਼ 'ਚ ਸ਼ਾਂਤੀ ਅਮਨ ਸ਼ਾਂਤੀ ਜਿਹੜੀ ਆ ਉਹ ਰਹਿਣੀ ਚਾਹੀਦੀ ਆ, ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਉਹਦੇ ਬਾਰੇ ਜ਼ਰੂਰ ਦੱਸੋ। ਇੱਕ ਤਾਂ ਚੀਜ਼ ਸਾਡਾ ਸਾਹਿਤਕ ਪ੍ਰੋਗਰਾਮ ਹੁੰਦਾ ਸੀ, ਕਿਉਂਕਿ ਮੇਰਾ ਤਾਂ ਸਾਹਿਤ ਨਾਲ ਕੋਈ ਉਨਸ ਨਹੀਂ ਸੀ, ਨਾ ਹੀ ਮੈਨੂੰ ਕੋਈ ਸਾਹਿਤ ਦਾ ਪਤਾ ਸੀ, ਨਾ ਹੀ ਮੈਨੂੰ ਕੋਈ ਸ਼ੌਕ ਸੀ ਕਿ ਮੈਂ ਕੋਈ ਕਹਾਣੀ ਪੜ੍ਹਾਂ। ਅਗਰ ਪੜ੍ਹਨ ਦਾ ਵੀ ਫਿਲਮ ਫੇਅਰ ਹੋ ਗਿਆ, ਇਲਸਟ੍ਰੇਟਡ ਵੀਕਲੀ ਹੋ ਗਿਆ ਬਸ। ਪਰ ਜਦੋਂ ਮੈਂ ਰੇਡੀਓ ਨਾਲ ਜੁੜੀ ਤਾਂ ਰੇਡੀਓ ਉੱਥੋਂ ਦਿੱਲੀ ਤੋਂ ਪਾਲਸੀਸ, ਗਵਰਨਮੈਂਟ ਦੀਆਂ ਪਾਲਸੀਸ ਆਉਂਦੀਆਂ ਸਨ, ਉਸਨੂੰ ਟਰਾਂਸਲੇਟ ਕਰਨਾ ਪੰਜਾਬੀ ਵਿੱਚ, ਉਸਨੂੰ ਡਰਾਮਾਟਾਈਜ਼ ਕਰਨਾ, ਕਿਉਂਕਿ ਅਸੀਂ ਦੋ ਹੁੰਦੇ ਸਾਂ। ਠੀਕ ਹੈ। ਅਤੇ ਦੋਵਾਂ ਨੇ ਅਸੀਂ ਆਪਣਾ ਆਪਣਾ ਪਾਰਟ ਪਲੇ ਕਰਨਾ ਹੁੰਦਾ ਸੀ, ਅਤੇ ਉਹ ਟਰਾਂਸਲੇਸ਼ਨ ਤੋਂ ਪਹਿਲਾਂ ਮੇਰੀ ਕਲਮ ਸ਼ੁਰੂ ਹੋਈ। ਇਸ ਦੇ ਨਾਲ ਹੀ ਫਿਰ ਜਦੋਂ 71 ਦੀ ਲੜਾਈ ਹੋਈ ਤਾਂ ਉਸ ਵੇਲੇ ਸਲਮਾ ਦੀ ਡਾਕ ਪ੍ਰਾਪੇਗੰਡਾ ਜਿਹੜਾ ਸੀ ਮੇਰਾ ਨਾਂ ਛੁਪਾ ਕੇ, ਅਤੇ ਮੈਂ ਸਲਮਾ ਦੀ ਡਾਕ ਦਾ ਜਵਾਬ ਦਿੰਦੀ ਸਾਂ। ਬੜੀ ਵਾਰ ਇਸ ਤਰ੍ਹਾਂ ਹੁੰਦਾ ਸੀ ਕਿ ਮੈਂ ਰਾਤੀ ਕੁਛ ਕਿਹਾ, ਸਵੇਰੇ ਲਾਹੌਰ ਤੋਂ ਉਸਦਾ ਜਵਾਬ ਆ ਗਿਆ, ਮੈਂ ਉਸ ਲਾਹੌਰ ਦਾ ਜਵਾਬ ਰਾਤੀ ਕਿਹਾ, ਦੂਸਰੇ ਦਿਨ ਸਵੇਰੇ, ਯਾਨੀ ਜਿਸ ਤਰ੍ਹਾਂ ਕਿ ਕੋਈ ਲੜਦਾ ਲੜਦਾ ਗੱਲਾਂ ਕਰਦਾ ਨਾ, ਇਸ ਤਰ੍ਹਾਂ ਇੱਕ ਦੂਜੇ ਤੋਂ ਬਾਅਦ ਗੱਲਾਂ ਕਰਨੀਆਂ ਜਾਂ ਕੁਛ। ਮੈਡਮ, ਸਾਹਿਤਕ ਜੀਵਨ ਦੀ ਸ਼ੁਰੂਆਤ ਤੁਸੀਂ ਜਦੋਂ ਕੀਤੀ ਤਾਂ ਮੇਰਾ ਆਪਾ ਮੋੜ ਦੇ ਬਹੁਤ ਹੀ ਆਕਰਸ਼ਣ ਵਾਲਾ ਨਾਮ ਕਹਾਣੀ ਸੰਗ੍ਰਹਿ ਦਾ, ਅਤੇ ਉਸ ਤੋਂ ਬਾਅਦ ਤੁਹਾਡਾ ਨਿਰੰਤਰ ਸਫ਼ਰ ਜਾਰੀ ਰਿਹਾ, ਜਲ ਬਿਨ ਕੁੰਭ, ਸੂਕੇ ਕਾਸਟ, ਕਲਰ ਕੇਰੀ ਛੱਪੜੀ ਜਾਂ ਸਵਾਤ ਬੂੰਦ ਤੱਕ ਦਾ ਅੱਜ ਦਾ ਸਫ਼ਰ ਜਿਹੜਾ, ਇਹ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਸਵਾਤ ਬੂੰਦ ਜਿਹੜੀ ਪੁਸਤਕ ਹੈ, ਲਿਖਣ ਦਾ ਤੁਹਾਡਾ ਸੁਪਨਾ ਜਿਹੜਾ ਉਹ ਕਿਵੇਂ ਪੂਰਾ ਹੋਇਆ ਔਰ ਪੁਸਤਕ ਕਿਸ ਤਰ੍ਹਾਂ ਦੀ ਹੈ? ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਇੱਕ ਚਾਂਸ ਹੀ ਬਣਿਆ ਲਿਖਣ ਦਾ, ਕਿ ਮੈਂ ਸ਼੍ਰੀਨਗਰ ਗਈ ਸਾਂ ਬਾਏ ਚਾਂਸ ਹੀ, ਅਤੇ ਉੱਥੇ ਆਲ ਇੰਡੀਆ ਪੰਜਾਬੀ ਕਾਨਫਰੰਸ ਸੀ ਸ਼੍ਰੀਨਗਰ, ਅਤੇ ਮੈਂ ਆਪਣੀ ਫਰੈਂਡ ਜਿਹਨਾਂ ਦੇ ਜਿਸ ਦੇ ਹਸਬੈਂਡ ਐਜੂਕੇਸ਼ਨ ਮਿਨਿਸਟਰ ਸਨ ਸਰਦਾਰ ਰੰਗੀਲ ਸਿੰਘ ਜੀ, ਉਹਨਾਂ ਦੇ ਘਰ ਗਈ ਅਤੇ ਉਹ ਕਹਿਣ ਲੱਗੇ ਜੀ ਕੱਲ੍ਹ ਤੁਸੀਂ ਕਾਨਫਰੰਸ ਵਿੱਚ ਆਉਣਾ। ਮੈਨੂੰ ਬਿਲਕੁਲ ਨਹੀਂ ਸੀ ਪਤਾ, ਸੱਚ ਜਾਣੋ ਕੀ ਹੁੰਦੀ ਹੈ ਕਾਨਫਰੰਸ ਅਤੇ ਕੀ ਹੁੰਦੇ ਨੇ ਲੋਕ। ਉੱਥੇ ਮੈਂ ਗਈ ਅਤੇ ਉਦੋਂ ਦੋ ਤਿੰਨ ਕਹਾਣੀਆਂ ਮੇਰੀਆਂ ਰੇਡੀਓ 'ਤੇ, ਕਿਉਂਕਿ ਰੇਡੀਓ ਹੱਥ ਵੀ ਸੀ, ਰੇਡੀਓ 'ਤੇ ਆ ਚੁੱਕੀਆਂ ਸਨ, ਅਤੇ ਹੁਣ ਲੱਗੇ ਕਹਿਣ ਲੱਗੇ ਕੱਲ੍ਹ ਤੁਹਾਡੀ ਕਹਾਣੀ ਹੋਏਗੀ। ਠੀਕ ਹੈ। ਮੈਂ ਮੰਨ ਗਈ ਬੜਾ ਕਿ ਜਿਸ ਤਰ੍ਹਾਂ ਰੇਡੀਓ ਵਿੱਚ ਅੰਦਰ ਬੈਠ ਕੇ ਕਹਾਣੀ ਬੋਲੀ ਜਾਂਦੀ ਹੈ, ਬੋਲਾਂਗੀ ਕਹਾਣੀ, ਐਡੀ ਕਿਹੜੀ ਗੱਲ ਹੈ। ਪਰ ਜਿਸ ਵੇਲੇ ਮੈਂ ਸਵੇਰੇ ਟੈਗੋਰ ਹਾਲ ਵਿੱਚ ਗਈ ਤਾਂ ਉੱਥੇ ਤਾਂ ਹਜ਼ਾਰਾਂ ਲੋਕ ਸਨ, ਔਰ ਜਿਹੜੇ ਸਟੇਜ ਉੱਤੇ ਲੋਕ ਬੈਠੇ ਸਨ ਮੈਨੂੰ ਉਹਨਾਂ ਦਾ ਨਾਂ ਹੀ ਨਹੀਂ ਸੀ ਪਤਾ। ਜੇ ਮੈਂ ਉਹਨਾਂ ਨੂੰ ਜਾਣਦੀ ਹੁੰਦੀ ਤਾਂ ਸ਼ਾਇਦ ਮੈਂ ਨਾ ਅੱਜ ਕਹਾਣੀਕਾਰ ਹੁੰਦੀ, ਨਾ ਕੋਈ ਸਾਹਿਤ ਵਿੱਚ ਮੇਰਾ ਨਾਂ ਜਾਣਦਾ, ਔਰ ਨਾ ਮੈਂ ਉਸ ਵੇਲੇ ਕਹਾਣੀ ਬੋਲ ਸਕਦੀ। ਉਸ ਵੇਲੇ ਸੰਤ ਸਿੰਘ ਸੇਖੋਂ, ਠੀਕ ਹੈ, ਗੁਰਮੁਖ ਸਿੰਘ ਮੁਸਾਫਰ, ਡਾਕਟਰ ਅਦਰ ਸਿੰਘ, ਅਮਰੀਕ ਸਿੰਘ ਪੁੰਨੀ, ਗਿਆਨੀ ਜ਼ੈਲ ਸਿੰਘ, ਸ਼ੇਖ ਅਬਦੁੱਲਾ ਜੀ, ਇਹ ਲੋਕ ਸਟੇਜ 'ਤੇ, ਸੁਜਾਨ ਸਿੰਘ ਜੀ, ਹਰਨਾਮ ਸਿੰਘ ਸ਼ਾਨ, ਇਹ ਸਾਹਿਤ ਦੇ ਜਿਹੜੇ ਬੋਰਡ ਸਨ, ਬਾਬੇ ਬੋਰਡ, ਇਹ ਸਟੇਜ 'ਤੇ ਬੈਠੇ ਹੋਏ ਸਨ। ਇਹ ਤਾਂ ਬੜੀ ਨਿਆਮਤ ਦੀ ਗੱਲ ਹੋ ਗਈ ਕਿ ਮੈਨੂੰ ਪਤਾ ਹੀ ਨਹੀਂ ਸੀ ਇਹ ਕੌਣ ਹੈ ਕੌਣ ਨਹੀਂ। ਸੋ ਕਹਾਣੀ ਪੜ੍ਹੀ ਅਤੇ ਪਤਾ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਪਸੰਦ ਆਈ। ਗੁਰਮੁਖ ਸਿੰਘ ਮੁਸਾਫਰ ਜੀ ਕਹਿਣ ਲੱਗੇ ਕਿ ਹਾਲੇ ਤੱਕ ਮੈਂ ਇੰਨੀਆਂ ਕਹਾਣੀਆਂ ਲਿਖੀਆਂ ਨੇ ਪਰ ਇਹ ਕਹਾਣੀ ਮੇਰੀਆਂ ਕਹਾਣੀਆਂ ਤੋਂ ਉੱਤੇ ਵੇ।
ਸੁਜਾਨ ਸਿੰਘ ਕਹਿਣ ਲੱਗੇ ਕਿ ਜਿਸ ਥਾਂ 'ਤੇ ਮੈਂ ਆ ਕੇ ਕਹਾਣੀ ਛੱਡੀ ਹੈ, ਇਸ ਬੀਬੀ ਨੇ ਉਸ ਥਾਂ 'ਤੇ ਕਹਾਣੀ ਸ਼ੁਰੂ ਕੀਤੀ ਹੈ। ਅਤੇ ਫਿਰ ਮੈਨੂੰ ਥੋੜ੍ਹਾ ਜਿਹਾ ਹੌਸਲਾ ਮਿਲਿਆ ਅਤੇ ਡਾਕਟਰ ਅਤਰ ਸਿੰਘ ਜੀ ਨੇ ਕਿਹਾ ਕਿ ਤੁਸੀਂ ਇਹ ਕਹਾਣੀਆਂ ਨਾਗਮਨੀ ਪ੍ਰੀਤਲੜੀ ਦਿਸ਼ਾ ਵਿੱਚ ਭੇਜੋ। ਮੈਂ ਭੇਜੀਆਂ ਅਤੇ ਉਸੇ ਦਿਨ ਮੈਂ ਕਹਾਣੀਕਾਰ ਬਣ ਗਈ, ਸਾਹਿਤਕ ਜੀਵਨ ਦੀ ਸ਼ੁਰੂਆਤ ਹੋ ਗਈ। ਪਰ ਉਸ ਤੋਂ ਬਾਅਦ ਮੈਂ ਪਿੱਛੇ ਨਹੀਂ ਦੇਖਿਆ ਔਰ ਹੁਣ ਤੱਕ ਮੇਰੇ 9 ਕਹਾਣੀ ਸੰਗ੍ਰਹਿ ਛਪ ਚੁੱਕੇ ਨੇ। ਬਲਕਿ ਇੱਥੋਂ ਤੱਕ ਕਿ ਸੁਲਗ ਦੇ ਰਾਹ ਡਾਕਟਰ ਮਨਮੋਹਨ ਨੇ ਮੇਰੀਆਂ ਸਾਰੀਆਂ ਕਹਾਣੀਆਂ ਪੜ੍ਹ ਕੇ ਉਸ ਵਿੱਚੋਂ 45 ਕਹਾਣੀਆਂ ਕੱਢ ਕੇ ਅਤੇ ਸੰਪਾਦਿਤ ਕੀਤੀਆਂ ਨੇ ਅਤੇ ਉਹ ਕਿਤਾਬ ਛਪੀ ਹੈ ਸੁਲਗ ਦੇ ਰਾਹ। ਉਸ ਤੋਂ ਬਿਨਾਂ ਬਸ ਨਾਵਲ ਵੱਲ ਵੀ ਜਾਣ ਦਾ ਇੱਕ ਚਾਂਸ ਹੀ ਮਿਲਿਆ ਅਤੇ ਨਾਵਲ ਪਹਿਲਾਂ ਤਾਂ ਸੋਚ ਹੀ ਨਹੀਂ ਸਾ ਸਕਦੀ ਕਿ ਨਾਵਲ ਮੈਂ ਲਿਖਾਂਗੀ। ਪਰ ਇੱਕ ਕਹਾਣੀ ਮੇਰੇ ਕੋਲ ਐਸੀ ਸੀ ਜਿਹੜੀ ਕਿ ਨਾ ਕਹਾਣੀ ਵਿੱਚ ਸਮਾ ਸਕਦੀ ਸੀ, ਨਾ ਮੈਨੂੰ ਨਾਵਲ ਦੀ ਵਿਧਾ ਕੁਝ ਪਤਾ ਸੀ, ਕਹਾਣੀ ਦੀ ਵਿਧਾ ਵੀ ਨਹੀਂ ਸੀ ਪਤਾ। ਅਤੇ ਔਰ ਮੈਂ ਹੁਣ ਤੱਕ ਕਹਿੰਦੀ ਹਾਂ ਕਿ ਮੈਨੂੰ ਜਿਹੜੀ ਬੰਦਸ਼ਾਂ ਨੇ ਕਹਾਣੀ ਦੀਆਂ ਜਾਂ ਨਾਵਲ ਦੀਆਂ ਕਿ ਇਹ ਨਾਵਲ ਹੈ, ਉਹ 'ਚ ਹੈ ਨੀਚ ਹੈ, ਇੱਥੇ ਇੱਥੇ ਸਿਖਰ ਆਉਣਾ ਚਾਹੀਦਾ, ਇੱਥੇ ਫਾਲ ਆਉਣਾ ਚਾਹੀਦਾ, ਮੈਨੂੰ ਹਾਲੇ ਤੱਕ ਨਹੀਂ ਪਤਾ। ਸਹਿਜ ਸੁਭਾਵਕ ਸਾਹਿਤ ਮੇਰੇ ਤਾਂ ਅੰਦਰੋਂ ਹੀ ਇਹ ਵਿਧਾ ਨਿਕਲੀ ਹੈ। ਔਰ ਇਹ ਜਿਹੜੀ ਹੈ ਮੇਰੇ ਪਾਪਾ ਦੀ ਡੈਥ ਤੋਂ ਬਾਅਦ, ਮੇਰੇ ਪਾਪਾ ਜੀ ਹਮੇਸ਼ਾ ਕਹਿੰਦੇ ਹੁੰਦੇ ਸਨ ਕਿ ਪੁੱਤਰ ਮੇਰੀਆਂ 1929 ਤੋਂ ਵੀ ਪਹਿਲਾਂ ਦੀਆਂ ਕਹਾਣੀਆਂ ਉੱਥੋਂ ਉਸ ਵੇਲੇ ਦੇ ਸਿਰਕੱਢ ਰਸਾਲਿਆਂ ਵਿੱਚ ਛਪੀਆਂ, ਪ੍ਰੀਤਮ, ਮੌਜੀ, ਰਣਜੀਤ ਨਗਾਰਾ, ਫੁਲਕਾਰੀ ਜਾਂ ਫੁਲਵਾੜੀ ਔਰ ਪੰਜਾਬੀ ਪੰਚ ਵਗੈਰਾ 'ਚ। ਪਰ ਮੈਨੂੰ ਜਾ ਕੇ ਅਤੇ ਮੈਨੂੰ ਕਹਾਣੀਆਂ ਲੱਭਦੇ ਪੁੱਤਰ ਪੰਜਾਬੀ ਯੂਨੀਵਰਸਿਟੀ ਸੁਣਿਆ ਆਈਆਂ ਨੇ ਕਹਾਣੀਆਂ, ਪਰ ਮੈਨੂੰ ਉਹਨੂੰ ਸੁਣਦੀ ਤਾਂ ਮੈਂ ਜਾਂਦੀ ਨਾ। ਅਸੀਂ ਇਸ ਪੁਸਤਕ ਨੂੰ ਥੋੜ੍ਹਾ ਅਸੀਂ ਦਰਸ਼ਕਾਂ ਨੂੰ ਦਿਖਾਉਣਾ ਚਾਹਾਂਗੇ। ਉਸ ਤੋਂ ਬਾਅਦ ਮੈਂ ਉਹਨਾਂ ਦੀਆਂ ਕਹਾਣੀਆਂ ਲੱਭ ਕੇ ਪਿਤਾ ਨੂੰ ਬਹੁਤ ਸੱਚੀ ਸ਼ਰਧਾਂਜਲੀ ਹੈ। ਸਵਾਤ ਬੂੰਦ ਪੁਸਤਕ ਜਿਹੜੀ ਮੈਡਮ ਨੇ ਆਪਣੇ ਪਿਤਾ ਜੀ ਦੀਆਂ ਕਹਾਣੀਆਂ ਨੂੰ ਇਕੱਤਰ ਕਰਕੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ, ਹੁਣੇ ਹੁਣੇ ਤੁਹਾਡੀ ਇਹ ਪੁਸਤਕ ਜਿਹੜੀ ਆਈ। ਹਾਂਜੀ, ਬਸ ਹੁਣੇ ਪਿਛਲੇ ਮਹੀਨੇ ਪੁਸਤਕ ਆਈ ਹੈ ਔਰ ਇਸ 'ਚ ਇਤਨੀਆਂ ਖੂਬਸੂਰਤ ਕਹਾਣੀਆਂ ਨੇ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਇੱਕ ਇੱਕ ਕਹਾਣੀ ਪੜ੍ਹ ਕੇ ਇਸ 'ਤੇ ਜਿਹੜੀ ਲੈਂਗੁਏਜ ਹੈ, ਇਤਨੀ ਫਲੋਅ ਹੈ ਉਸ ਦੇ ਵਿੱਚ ਲੈਂਗੁਏਜ ਵਿੱਚ, ਇੱਕ ਇੱਕ ਲਫ਼ਜ਼ 'ਤੇ ਕੋਈ 10-10 12-12 ਤਸ਼ਬੀਆਂ ਨੇ। ਔਰ ਇਸ ਵਿੱਚ ਜਿਹੜੀਆਂ ਕਵਿਤਾਵਾਂ ਨੇ, ਖਾਸ ਕਰਕੇ ਜਿਹੜਾ ਕਿਹਾ ਜਾਂਦਾ ਹੈ ਕਿ ਪੰਜਾਬ ਨਵੀਂ ਨਿੱਕੀ ਕਹਾਣੀ ਮਿੰਨੀ ਕਹਾਣੀ ਅੱਜ ਸ਼ੁਰੂ ਹੋਈ ਹੈ, ਮੈਂ ਇਸ ਕਿਤਾਬ ਦੇ ਵਿੱਚ 7 ਕਹਾਣੀਆਂ ਸ਼ਾਮਿਲ ਕੀਤੀਆਂ ਨੇ ਜਿਹੜੀਆਂ ਕਿ 1929 ਅਤੇ 1930 ਵਿੱਚ ਛਪੀਆਂ ਹੋਈਆਂ ਨੇ। ਔਰ ਇਤਨੀਆਂ ਖੂਬਸੂਰਤ ਕਹਾਣੀਆਂ, ਖਾਸ ਕਰਕੇ ਇਹਨਾਂ ਕਹਾਣੀਆਂ ਦੀ ਵੱਡੀ ਦੇਣ ਇਹ ਵੇ ਕਿ ਉਸ ਵੇਲੇ ਸਮਾਜ ਸਾਡਾ ਅੱਜ ਦੇ ਸਮਾਜ ਵਿੱਚ ਅਤੇ ਉਸ ਵੇਲੇ ਦੇ ਸਮਾਜ ਵਿੱਚ ਤੁਸੀਂ ਦੇਖੋ ਕਿਤਨਾ ਫਰਕ ਹੈ। ਉਸ ਵੇਲੇ ਵਿਧਵਾ ਵਿਆਹ, ਉਸ ਵੇਲੇ ਜਾਤ ਪਾਤ, ਉਸ ਵੇਲੇ ਜਿਹੜੀ ਨੀਵੇਂ ਜਾਤ ਦੇ ਲੋਕਾਂ ਦੇ ਨਾਲ ਜਿਹੜੀ ਸਾਡੇ ਉੱਚੀ ਜਾਤ ਦੇ ਲੋਕਾਂ ਦਾ ਵਰਤਾਵਾ ਸੀ, ਜਾਂ ਹੋਰ ਜਿਹੜੇ ਪਖੰਡ ਸਨ, ਜਾਂ ਹੋਰ ਜਿਹੜੇ ਵਹਿਮਾਂ ਭਰਮਾਂ 'ਚ ਅਸੀਂ ਜੁੜੇ ਹੋਏ ਸਾਂ, ਇਸ ਵਿੱਚ ਉਹਨਾਂ ਵਹਿਮਾਂ ਭਰਮਾਂ ਨੂੰ ਹਟਾਉਣ ਵਾਸਤੇ ਜਾਂ ਵਿਧਵਾ ਵਿਆਹ ਵਾਸਤੇ ਜਾਂ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਜਾਂ ਬੱਚਿਆਂ ਜਿਹੜੇ ਪੜ੍ਹ ਜਾਂਦੇ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਅਤੇ ਉਹਨਾਂ ਦਾ ਕੀ ਹਾਲ ਹੁੰਦਾ, ਜਾਂ ਉੱਚੀਆਂ ਜਾਤਾਂ ਦੀਆਂ ਕੁੜੀਆਂ ਦਾ ਨੀਵੀਆਂ ਜਾਤਾਂ ਦੇ ਮੁੰਡਿਆਂ ਨਾਲ ਵਿਆਹ, ਜਾਂ ਉਹ ਐਸੀਆਂ ਕੁੜੀਆਂ ਜਿਹੜੀਆਂ ਕਿ ਅਮੀਰ ਘਰਾਂ ਦੀਆਂ ਆਉਂਦੀਆਂ ਨੇ ਅਤੇ ਆਪਣੇ ਘਰਾਂ ਵਿੱਚ ਆ ਕੇ ਨਹੀਂ ਸਹਿ ਸਕਦੀਆਂ ਕਿਸੇ ਚੀਜ਼ ਨੂੰ, ਅਤੇ ਉਹ ਕਹਾਣੀ ਇਤਨੀ ਜ਼ਬਰਦਸਤ ਹੈ ਕਿ ਉਹ ਆਉਂਦੇ ਹੀ ਕਹਿੰਦੀ ਕਿ ਤੇਰੀ ਤਾਂ ਹਰ ਇਨਕਮ ਉੱਤੇ ਮੇਰਾ ਰਾਜ ਹੈ, ਪਰ ਉਹ ਮੁੰਡਾ ਕਹਿੰਦਾ ਮੈਂ ਆਪਣੀ ਮਾਂ ਨੂੰ ਨਹੀਂ ਛੋੜ ਸਕਦਾ। ਇਹੋ ਜਿਹੀਆਂ ਸਿੱਖਿਆਦਾਇਕ ਇਤਨੀਆਂ ਕਹਾਣੀਆਂ ਨੇ। ਕਮਾਲ ਦੀ ਗੱਲ ਇਹ ਵੀ ਕਿ ਕਈ ਕਹਾਣੀਆਂ ਰਵਿੰਦਰਨਾਥ ਟੈਗੋਰ ਅਤੇ ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਵੀ ਉਹਨਾਂ ਦੇ ਨਾਲ ਛਪੀਆਂ ਹਨ ਜਿੱਥੇ ਮੇਰੇ ਪਾਪਾ ਜੀ ਦੀਆਂ ਕਹਾਣੀਆਂ ਛਪੀਆਂ। ਤੁਹਾਡੇ ਪਿਤਾ ਦੀ ਸੋਚ ਦਾ ਪਰਛਾਵਾਂ ਤੁਹਾਡੇ 'ਤੇ ਕਦੋਂ ਪੈਣਾ ਸ਼ੁਰੂ ਹੋਇਆ? ਮਤਲਬ ਤੁਸੀਂ ਉਹਨਾਂ ਦੇ ਹੋਣ ਜਦੋਂ ਦੁਨੀਆ ਸੀਗੇ ਉਦੋਂ ਤੋਂ ਲਿਖਣਾ ਥੋੜ੍ਹਾ ਬਹੁਤ ਸਿੱਖਿਆ ਜਾਂ ਬਿਲਕੁਲ ਉਹਨਾਂ ਦਾ ਪਰਛਾਵਾਂ? ਬਿਲਕੁਲ ਨਹੀਂ, ਉਹਨਾਂ ਦੀ 72 ਵਿੱਚ ਡੈਥ ਹੋ ਗਈ ਸੀ। ਸਰਦਾਰ ਹਰਨਾਮ ਸਿੰਘ ਤੇਗ ਪਿਸ਼ਾਵਰੀ ਉਹਨਾਂ ਦਾ ਨਾਂ ਸੀ ਅਤੇ ਮੈਂ ਉਹਨਾਂ ਦੇ ਮਰਨ ਤੋਂ ਬਾਅਦ ਹੀ, ਕਿਉਂਕਿ ਸਕ੍ਰਿਪਟ ਲਿਖਦੀ ਸਾਂ ਰੇਡੀਓ 'ਤੇ ਅਤੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਪਰ ਕਮਾਲ ਦੀ ਗੱਲ ਇਹ ਵੀ ਕਿ ਇਹ ਕਹਾਣੀਆਂ ਮੈਂ ਉਦੋਂ ਲੱਭੀਆਂ ਜਦੋਂ ਮੇਰੇ 3 ਸੰਗ੍ਰਹਿ ਛਪ ਚੁੱਕੇ ਸਨ, ਮੇਰਾ ਆਪਾ ਮੁੜਦੇ, ਕਰੜਾ ਸਾਰ ਅਤੇ ਚਿਤਕੁਪਤ।
ਇਹਨਾਂ ਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਇੰਝ ਲੱਗਿਆ ਕਿ ਇਹ ਪਾਪਾ ਜੀ ਜਿਹੜੀਆਂ ਕਹਾਣੀਆਂ ਨੇ ਉਹ ਆਸ ਪਾਸ ਦੇ ਮਾਹੌਲ ਵਿੱਚੋਂ ਜਾਂ ਆਸ ਪਾਸ ਸਮਾਜ ਦੀਆਂ ਉਣਤਾਈਆਂ ਵਿੱਚੋਂ ਜਾਂ ਉਹਨਾਂ ਉਣਤਾਈਆਂ ਨੂੰ ਠੀਕ ਕਰਨ ਵਾਸਤੇ ਹੀ ਇਹ ਕਹਾਣੀਆਂ ਲਿਖਦੇ ਸਨ। ਮੈਂ ਵੀ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚੋਂ ਇਹ ਕਹਾਣੀਆਂ ਪਕੜ ਕੇ ਲਿਖਦੀ ਹਾਂ। ਇਹਨਾਂ ਦੀਆਂ ਕਹਾਣੀਆਂ ਪੜ੍ਹਨ ਦਾ ਮੇਰੇ ਉੱਤੇ ਇਹ ਬੜਾ ਵੱਡਾ ਅਸਰ ਹੋਇਆ। ਮੈਡਮ ਜਿਉਂਦੇ ਜੀ ਕਦੀ ਪਿਤਾ ਜੀ ਨੇ ਜ਼ਿਕਰ ਕੀਤਾ ਕਿ ਮੈਂ ਜੋ ਲਿਖਦਾ ਹਾਂ ਉਹਨੂੰ ਇਕੱਠਾ ਕੀਤਾ ਜਾਵੇ, ਉਹਨੂੰ ਛਾਪਿਆ ਜਾਵੇ, ਕੋਈ ਇੱਛਾ ਸੀ ਉਹਨਾਂ ਦੀ ਇਸ ਤਰ੍ਹਾਂ? ਜੀ, ਪਾਪਾ ਇਹ ਕਹਿੰਦੇ ਸਨ ਕਿ ਬੇਟੇ ਜਾ ਕੇ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਮੇਰੀਆਂ ਕਹਾਣੀਆਂ ਲੱਭਦੇ, ਮੈਂ ਕਿਤਾਬ ਛਪਵਾਵਾਂ। ਮੈਨੂੰ ਬਿਲਕੁਲ ਸਾਹਿਤ ਨਾਲ ਜ਼ਰਾ ਜਿੰਨਾ ਵੀ ਲਗਾਓ ਨਹੀਂ ਸੀ। ਮੈਨੂੰ ਲਗਾਓ ਹੁੰਦਾ ਤਾਂ ਮੈਂ ਉਹਨਾਂ ਦੇ ਹੁੰਦਿਆਂ ਇਹ ਕਹਾਣੀਆਂ ਇਕੱਠੀਆਂ ਕਰਦੀ ਅਤੇ ਕਿਤਾਬ ਛਪਦੀ ਅਤੇ ਉਹਨਾਂ ਨੂੰ ਵੀ ਸ਼ਾਂਤੀ ਮਿਲਦੀ। ਪਰ ਦੁੱਗਲ ਜੀ ਨੇ, ਕਰਤਾਰ ਸਿੰਘ ਦੁੱਗਲ ਜੀ ਦੀ ਗੱਲ ਮੈਨੂੰ ਬੜੀ ਜਚਦੀ ਹੈ ਕਿ ਤੂੰ ਇੱਕ ਆਮ ਅਨਪੜ੍ਹ ਜੀ, ਅਨਪੜ੍ਹ ਬੀ ਏ ਕੋਈ ਖਾਸ ਤਾਂ ਡਿਗਰੀ ਹੈ ਨਹੀਂ, ਅਤੇ ਘਰੇਲੂ ਔਰਤ ਜਿਸ ਨੂੰ ਬਾਹਰ ਦੀ ਦੁਨੀਆ ਦਾ ਬਿਲਕੁਲ ਨਹੀਂ ਪਤਾ, ਉਸ ਦੇ ਹੱਥ ਵਿੱਚ ਕੜਛੀ ਦੀ ਥਾਂ 'ਤੇ ਕਲਮ ਕਿੱਥੋਂ ਆਈ? ਦੁੱਗਲ ਜੀ ਨੇ ਸੋਵੀਅਤ ਲੈਂਡ ਦੇ ਫੋਰਨ ਅਫੇਅਰਸ ਇੱਕ ਮੈਗਜ਼ੀਨ ਦੇ ਵਿੱਚ ਲਿਖਿਆ ਕਿ ਚੰਦਨ ਨੇ ਨਹੀਂ ਲਿਖਿਆ, ਇਹ ਚੰਦਨ ਦੇ ਪਾਪਾ ਜੀ ਨੇ, ਦੀਰੂ ਨੇ ਚੰਦਨ ਤੋਂ ਲਿਖਵਾਇਆ, ਅਤੇ ਹੋ ਸਕਦਾ ਇਹ ਗੱਲ ਸੱਚ ਵੀ ਹੋਵੇ। ਠੀਕ ਹੈ ਮੈਮ, ਜਦ ਤੁਸੀਂ ਇਹ ਸਵਾਦ ਬੂੰਦ ਲਈ ਸਾਰੀਆਂ ਕਹਾਣੀਆਂ ਇਕੱਠੀਆਂ ਕੀਤੀਆਂ ਆਪਣੇ ਪਿਤਾ ਜੀ ਦੀਆਂ, ਕੋਈ ਮੁਸ਼ਕਲਾਂ ਆਈਆਂ ਕੋਈ ਕਿ ਆਸਾਨੀ ਨਾਲ ਰਾਹ ਜਿਹੜੇ ਉਹ ਬਣਦੇ ਗਏ? ਨਹੀਂ ਜੀ, ਬੜੀ ਮੁਸ਼ਕਲ ਆਈ। ਇੱਕ ਤਾਂ ਉਹਨਾਂ ਦਿਨਾਂ 'ਚ ਫੋਟੋਸਟੈਟ ਵੀ ਨਹੀਂ ਸੀ ਹੈਗਾ, ਇੱਕ ਯੂਨੀਵਰਸਿਟੀ ਦੇ ਵਿੱਚ ਹੈ ਸੀ ਅਤੇ ਉਹ ਇਤਨਾ ਮੰਦਾ ਕਿ ਉਹ ਸਾਫ਼ ਪੜ੍ਹਿਆ ਵੀ ਨਹੀਂ ਸੀ ਜਾਂਦਾ। ਫਿਰ ਕਈ ਥਾਵਾਂ ਦੇ ਉੱਤੇ ਮਿਸਿੰਗ ਸਨ, ਲਫਜ਼ ਮਿਸਿੰਗ ਸਨ, ਕਈ ਥਾਵਾਂ ਦੇ ਉੱਤੇ ਜਿਹੜੇ ਫੋਟੋ ਸਟੈਟ ਕਰਵਾਏ ਅਤੇ ਉਹ ਐਂਡ ਦੇ ਲਫਜ਼ ਮਿਸਿੰਗ ਹੋ ਗਏ। ਪਰ ਮੈਨੂੰ ਬਹੁਤ ਹੀ ਮਿਹਨਤ ਕਰਨੀ ਪਈ ਹੈ ਇਹਨਾਂ ਕਹਾਣੀਆਂ ਵਾਸਤੇ, ਅਤੇ ਪਰ ਮੈਨੂੰ ਬਹੁਤ ਖੁਸ਼ੀ ਹੈ, ਸਭ ਤੋਂ ਜ਼ਿਆਦਾ ਖੁਸ਼ੀ ਹੈ ਕਿ ਮੈਂ ਆਪਣੀਆਂ ਕਹਾਣੀਆਂ, ਆਪਣੇ ਨਾਵਲ ਸਭ ਪਿੱਛੇ ਰੱਖ ਕੇ ਹਾਲੀ ਕਿ ਇੱਕ ਇਤਨੀ ਵੱਡੀ ਉਪਲਬਧੀ ਹੋਈ ਹੈ ਕਿ ਮੇਰਾ ਨਾਵਲ ਕਲਰ ਕੇਰੀ ਛੱਪੜੀ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਬਾਈ ਲੈਂਗੁਏਜਸ ਵਿੱਚ ਛਾਪ ਰਿਹਾ। ਮੈਨੂੰ ਉਸ ਤੋਂ ਵੀ ਜ਼ਿਆਦਾ ਖੁਸ਼ੀ ਸਵਾਦ ਬੂੰਦੀ ਹੈ ਕਿ ਇਹ ਪਾਪਾ ਜੀ ਦੀਆਂ ਕਹਾਣੀਆਂ ਜਿਹੜੀਆਂ ਕਿ ਅੱਜ ਦੇ ਵਿੱਚ ਵੀ, ਅੱਜ ਵੀ ਸਮਾਜ ਦੇ ਵਿੱਚ ਬੜੀਆਂ ਲੋੜੀਂਦੀਆਂ ਨੇ, ਇਹ ਮੈਂ ਇਕੱਠੀਆਂ ਕਰਕੇ ਅਤੇ ਪੰਜਾਬੀ ਮਾਂ ਬੋਲੀ ਦੀ ਝੋਲੀ 'ਚ ਪਾਈ ਹੈ। ਤੁਹਾਨੂੰ ਚੰਦਨ ਜੀ ਬਹੁਤ ਸਾਰੇ ਮਾਣ ਸਨਮਾਨ ਮਿਲੇ ਆ, ਅਤੇ ਹੁਣ ਭਾਸ਼ਾ ਵਿਭਾਗ ਪੰਜਾਬ ਵੱਲੋਂ ਤੁਹਾਨੂੰ ਸ਼੍ਰੋਮਣੀ ਸਾਹਿਤਕਾਰਾਂ ਦਾ ਇਨਾਮ ਸਨਮਾਨ ਹਾਸਲ ਹੋਇਆ। ਇਸ ਮੌਕੇ 'ਤੇ ਤੁਸੀਂ ਆਪਣੇ ਹੋਰ ਜਿਹੜੇ ਇਨਾਮ ਸਨਮਾਨ ਮਿਲੇ ਆ ਜਾਂ ਇਸ ਇਨਾਮ ਸਨਮਾਨ ਦੇ ਲਈ ਕੁਝ ਕਹਿਣਾ ਚਾਹੋਗੇ? ਦੇਖੋ ਜੀ, ਇਨਾਮ ਸਨਮਾਨ ਤਾਂ ਬੜਾ ਚੰਗਾ ਲੱਗਦਾ ਹੈ, ਇੱਕ ਰਿਕੋਗਨੀਸ਼ਨ ਹੁੰਦੀ ਹੈ। ਪੈਸੇ ਦੀ ਗੱਲ ਛੋੜੋ, ਇੱਕ ਹੋ ਮੈਨੂੰ ਜਦੋਂ ਰਾਸ਼ਟਰਪਤੀ ਅਵਾਰਡ ਮਿਲਿਆ, ਨੈਸ਼ਨਲ ਅਵਾਰਡ, ਤਾਂ ਮੈਨੂੰ ਇੰਝ ਲੱਗਿਆ ਕਿ ਵਾਕਈ ਮੈਂ ਕੁਛ ਕੰਮ ਕੀਤਾ ਹੈ। ਰਾਸ਼ਟਰਪਤੀ ਦੇ ਸਾਹਮਣੇ ਖਲੋ ਕੇ ਅਵਾਰਡ ਲੈਂਦਿਆਂ ਮੈਨੂੰ ਆਪਣੇ ਆਪ ਨੂੰ ਥੋੜ੍ਹਾ ਜਿਹਾ ਉੱਚਾ ਉੱਚਾ ਲੱਗਿਆ। ਅਤੇ ਹੋਰ ਤਾਂ ਚਲੋ ਬਹੁਤ ਸਾਰੇ ਇਨਾਮ ਮਿਲੇ, ਪਰ ਜਦੋਂ ਭਾਸ਼ਾ ਵਿਭਾਗ ਦਾ ਮਿਲਿਆ ਅਤੇ ਡੈਸ ਉੱਤੇ ਚੜ੍ਹਨ ਲੱਗਿਆ, ਮੈਨੂੰ ਜਦੋਂ ਵੀ ਸੀ ਸਾਹਿਬ ਨੇ ਕਲਾਵੇ ਵਿੱਚ ਲਿਆ ਕਿ ਮੈਂ ਇਤਨਾ ਖੁਸ਼ ਹਾਂ ਕਿ ਇਹ ਇਨਾਮ ਤੁਹਾਨੂੰ ਬਹੁਤ ਪਹਿਲਾਂ ਮਿਲਣਾ ਚਾਹੀਦਾ ਸੀ, ਪਰ ਚਲੋ ਜਦੋਂ ਮਿਲਿਆ। ਪਰ ਮੈਨੂੰ ਇਸ ਰਿਕੋਗਨੀਸ਼ਨ ਦੀ ਬੜੀ ਖੁਸ਼ੀ ਹੈ ਕਿ ਜਿਤਨੇ ਵਿਦਵਾਨ ਜਾਂ ਜਿਤਨੇ ਸਾਹਿਤਕਾਰ ਉਸ ਮੀਟਿੰਗ ਵਿੱਚ ਬੈਠੇ ਸਨ, ਅਗਰ ਉਹਨਾਂ ਨੇ ਮੇਰਾ ਨਾਮ ਪ੍ਰਪੋਜ਼ ਕੀਤਾ, ਇਟ ਮੀਨਸ ਕਿ ਆਈ ਹੈਵ ਅਚੀਵਡ ਸਮਥਿੰਗ ਇਨ ਮਾਈ ਲਾਈਫ। ਦਿੱਲੀ ਸ਼ਹਿਰ ਦੀ ਜੇ ਅਸੀਂ ਗੱਲ ਕਰੀਏ ਤਾਂ ਦਿੱਲੀ ਸਾਹਿਤਕਾਰਾਂ ਦਾ ਗੜ੍ਹ ਰਿਹਾ, ਜਿੰਨੇ ਸਾਡੇ ਪੰਜਾਬੀ ਸਾਹਿਤ ਦੇ ਥੰਮ ਸਾਹਿਤਕਾਰ ਆ ਦਿੱਲੀ ਦੀ ਧਰਤੀ 'ਚ, ਉਹਨਾਂ ਨੇ ਆਪਣਾ ਸਾਰੀ ਰਚਨਾ ਕੀਤੀ ਹੈ। ਵਰਤਮਾਨ ਸਮੇਂ ਜਿਹੜਾ ਦਿੱਲੀ ਹੈ, ਰਾਜਧਾਨੀ ਸਾਡੇ ਦੇਸ਼ ਦੀ, ਸਾਹਿਤ ਕਲਾ 'ਚ ਕਿੰਨਾ ਕੁ ਨਿੱਘਰ ਯੋਗਦਾਨ ਦੇ ਰਹੀ ਹੈ, ਔਰ ਉਹਦੇ ਮੁਕਾਬਲੇ ਪੰਜਾਬ ਦੇ ਵਿੱਚ ਤੁਹਾਨੂੰ ਕੁਝ ਤਬਦੀਲੀ ਲੱਗ ਰਹੀ ਹੋਏ ਜਾਂ ਕੁਛ ਇਸ ਤਰ੍ਹਾਂ ਦਾ ਹੈ? ਦੇਖੋ ਜੀ, ਉੱਥੇ ਹਰ ਸ਼ਨਿਚਰਵਾਰ ਕੋਈ ਨਾ ਕੋਈ, ਜਿਤਨੇ ਵੀ ਸਾਹਿਤਕ ਅਦਾਰੇ ਬਣੇ ਹੋਏ ਨੇ, ਜਿੱਦਾਂ ਪੰਜਾਬੀ ਸਾਹਿਤ ਸਭਾ, ਸੈਕਿੰਡ ਸ਼ਨਿਚਰਵਾਰ ਉਹਨਾਂ ਦੀ ਮੀਟਿੰਗ ਹੁੰਦੀ ਹੈ, 100-150 ਬੰਦਾ ਹੁੰਦਾ, ਕਹਾਣੀ ਹੁੰਦੀ ਹੈ, ਨਾਵਲ ਅੰਸ਼ ਹੁੰਦੇ ਨੇ, ਕਵਿਤਾਵਾਂ ਹੁੰਦੀਆਂ ਨੇ, ਲੇਖ ਹੁੰਦੇ ਨੇ। ਫਿਰ ਪੰਜਾਬੀ ਅਕੈਡਮੀ ਵੱਲੋਂ ਹਰ ਪਹਿਲੇ ਸ਼ਨਿਚਰਵਾਰ ਭਾਈ ਵੀਰ ਸਿੰਘ ਸਦਨ ਦੇ ਵਿੱਚ ਮੀਟਿੰਗ ਹੁੰਦੀ ਹੈ। ਇਸੇ ਤਰ੍ਹਾਂ ਹੀ ਹੋਰ 2-3 ਅਦਾਰੇ ਜਿਹੜੇ ਬਣੇ ਹੋਏ ਨੇ, ਕਿਸੇ ਨੇ ਤੀਸਰੇ ਸ਼ਨਿਚਰਵਾਰ, ਕਿਸੇ ਨੇ 4th ਸ਼ਨਿਚਰਵਾਰ,
ਔਰ ਅੱਛੀ ਗੈਦਰਿੰਗ ਹੁੰਦੀ ਹੈ, 50-60 ਬੰਦੇ ਹੁੰਦੇ ਨੇ, ਅੱਛੀਆਂ ਕਹਾਣੀਆਂ ਹੁੰਦੀਆਂ ਨੇ, ਪੰਜਾਬ ਤੋਂ ਸੱਦੇ ਹੋਏ ਬੰਦੇ ਜਾਂਦੇ ਨੇ, ਕਵੀ ਜਾਂਦੇ ਨੇ, ਔਰ ਚੰਗਾ ਲੱਗਦਾ। ਪਰ ਇੱਥੇ ਆ ਕੇ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਕੋਈ ਆਪਣੇ ਆਪਣੇ ਹੀ ਜਿਸ ਤਰ੍ਹਾਂ ਹੁੰਦੇ ਨੇ, ਕੋਈ ਟੋਲੀਆਂ ਬਣੀਆਂ ਹੋਈਆਂ ਨੇ, ਉਹਨਾਂ ਟੋਲੀਆਂ ਦੇ ਥੋੜ੍ਹੇ ਜਿਹੇ ਬੰਦੇ ਹੈ ਜਿਹੜੇ ਕਿ ਕਦੀ ਕਿਸੇ ਨੂੰ ਨਾ ਪੁੱਛਦੇ ਨੇ, ਨਾ ਕਿਸੇ ਦੂਸਰੇ ਨੂੰ ਬੁਲਾਉਂਦੇ ਨੇ, ਨਾ ਕਿਸੇ ਦੂਸਰੇ ਨਾਲ ਰਾਬਤਾ ਰੱਖਦੇ ਨੇ। ਪਤਾ ਨਹੀਂ ਮੈਂ ਕੀ ਕਹਿ ਸਕਦੀ ਹਾਂ, ਅੱਛਾ ਨਹੀਂ ਲੱਗਦਾ। ਠੀਕ, ਅਤੇ ਜਦੋਂ ਅਸੀਂ ਅਨੁਵਾਦ ਕਲਾ ਦੀ ਗੱਲ ਕਰਦੇ ਹਾਂ, ਕਿਉਂਕਿ ਤੁਸੀਂ 1 ਦਰਜਨ ਤੋਂ ਵੱਧ ਪੁਸਤਕਾਂ ਡੋਗਰੀ ਵਿੱਚੋਂ, ਉਰਦੂ ਵਿੱਚੋਂ, ਹਿੰਦੀ 'ਚੋਂ, ਪੰਜਾਬੀ 'ਚ ਅਨੁਵਾਦ ਕੀਤੀਆਂ, ਅਨੁਵਾਦ ਕਰਦਿਆਂ ਤੁਹਾਨੂੰ ਮੌਲਿਕ ਰਚਨਾ ਦੇ ਮੁਕਾਬਲੇ 'ਤੇ ਕਿੰਨਾ ਕੁ ਮੁਸ਼ਕਲ ਜਾਂ ਸੁਭਾਵਿਕ ਲੱਗਿਆ, ਕਿਵੇਂ ਲੱਗਿਆ ਇਹਦੇ ਬਾਰੇ? ਮੇਰੀ ਕਲਮ ਹੀ ਮੈਂ ਤੁਹਾਨੂੰ ਦੱਸਿਆ ਨਾ ਕਿ ਅਨੁਵਾਦ ਤੋਂ ਸ਼ੁਰੂ ਹੋਈ, ਕਿ ਜਦੋਂ ਰੇਡੀਓ ਸਕ੍ਰਿਪਟ ਵਾਸਤੇ ਮੈਨੂੰ ਅਨੁਵਾਦ ਕਰਨਾ ਪੈਂਦਾ ਸੀ ਅੰਗਰੇਜ਼ੀ ਤੋਂ, ਉਰਦੂ ਤੋਂ, ਹਿੰਦੀ ਤੋਂ, ਫਿਰ ਉਸਨੂੰ ਡਰਾਮਾਟਾਈਜ਼ ਕਰਨਾ ਪੈਂਦਾ ਸੀ ਕਿ ਉਸਨੇ ਕੀ ਬੋਲਣਾ ਅਤੇ ਮੈਂ ਕੀ ਬੋਲਣਾ। ਤੁਹਾਨੂੰ ਦੱਸਾਂ ਕਿ ਇੱਕ ਲਫ਼ਜ਼ ਵੀ ਕੋਈ ਨਹੀਂ ਬੋਲ ਸਕਦਾ, ਸਾਨੂੰ ਲੱਗਦਾ ਜਿਸ ਤਰ੍ਹਾਂ ਕਿ ਅਸੀਂ ਤਾਂ ਆਪਸ ਵਿੱਚ ਆਮ ਗੱਲਾਂ ਕਰਨੇ ਪਿਆ। ਪਰ ਪਤਾ ਨਹੀਂ ਕੀ ਹੋਇਆ ਕਿ ਥੋੜ੍ਹੇ ਕੁਝ ਹਾਲੀ ਮੈਂ ਪ੍ਰੋਗਰਾਮ ਕਰਦੀ ਪਈ ਸੀ ਕਿ ਇੱਕ ਦਿਨ ਸਰਦਾਰ ਪਿਆਰਾ ਸਿੰਘ ਅੰਮ੍ਰਿਤਸਰ, ਜਿਨ੍ਹਾਂ ਦਾ ਪਬਲਿਸ਼ਿੰਗ ਹਾਊਸ ਸੀ, ਉਹ ਆਏ ਮੇਰੇ ਘਰ ਕਿ ਸਾਨੂੰ ਡੋਗਰੀ ਦੀਆਂ ਚੋਣਵੀਆਂ ਕਹਾਣੀਆਂ ਤੁਸੀਂ ਅਨੁਵਾਦ ਕਰਕੇ ਦਿਓ ਪੰਜਾਬੀ 'ਚ। ਉਹ ਮੇਰਾ ਪਹਿਲਾ ਅਨੁਵਾਦ ਸੀ ਡੋਗਰੀ ਦੀਆਂ ਕਹਾਣੀਆਂ। ਉਸ ਤੋਂ ਬਾਅਦ ਤਾਂ ਮੈਂ ਸਾਹਿਤ ਅਕੈਡਮੀ ਵਾਸਤੇ, ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਵਾਸਤੇ, ਭਾਸ਼ਾ ਵਿਭਾਗ ਵਾਸਤੇ ਅਤੇ ਹੋਰ ਅਦਾਰਿਆਂ ਵਾਸਤੇ ਵੀ ਕੋਈ 20 ਕਿਤਾਬਾਂ ਮੈਂ ਕਰ ਚੁੱਕੀ ਹਾਂ। ਨਾਵਲ ਵੀ ਜੀ, ਨਾਵਲ ਵੀ, ਬਲਕਿ ਮੈਂ ਸੋਚਦੀ ਹਾਂ ਕਿ ਜਿਹੜਾ ਅਨੁਵਾਦ ਕਰਨਾ, ਇਹ ਵੀ ਤੁਹਾਡੀ ਕਲਾਸ ਸੀ। ਮੈਂ ਅਨੁਵਾਦ ਕੀਤਾ ਸੀ ਭਾਸ਼ਾ ਵਿਭਾਗ ਵਾਸਤੇ ਨਾਵਲ ਸਾਹਿਬ ਬੀਬੀ ਔਰ ਗੁਲਾਮ, ਔਰ ਉਹ ਪੜ੍ਹ ਕੇ ਤਾਂ ਤੁਸੀਂ ਇਹ ਸੋਚਦੇ ਹੋ ਕਿ ਪਿਕਚਰ ਹੀ ਤਾਂ ਕੁਝ ਆਈ ਨਹੀਂ, ਇਤਨਾ ਕਮਾਲ ਦਾ ਨਾਵਲ ਹੈ। ਉਸ ਲੇਖਕ ਨੂੰ ਮਸਾਲਿਆਂ ਦਾ ਵੀ ਪਤਾ ਹੈ ਕਿ ਕਿਚਨ ਵਿੱਚ ਮਸਾਲੇ ਕਿਹੜੇ ਕਿਹੜੇ ਪੈਂਦੇ ਨੇ, ਇੱਕ ਮਹੀਨੇ 'ਚ ਕਿੰਨੇ ਕਿੰਨੇ ਕਿੰਨੀਆਂ ਕਿੰਨਾ ਰਾਸ਼ਨ ਆਉਂਦਾ ਹੈ। ਉਸ ਲੇਖਕ ਨੂੰ ਇਹ ਵੀ ਪਤਾ ਹੈ ਕਿ ਅਗਰ ਇੱਕ ਵਿਸ਼ਵ ਹੈ ਤਾਂ ਉਹ ਪਾਨ ਖਾਂਦੀ ਥੁੱਕ ਕਿਸ ਤਰ੍ਹਾਂ ਸੁੱਟੇਗੀ। ਉਸਨੂੰ ਇਹ ਵੀ ਪਤਾ ਹੈ ਕਿ ਉਹ ਆਪਣੀਆਂ ਝਾਂਜਰਾਂ ਨੂੰ ਛਿੜਕਾਏਗੀ ਕਿਸ ਤਰ੍ਹਾਂ। ਉਸਨੂੰ ਇਹ ਵੀ ਪਤਾ ਹੈ ਕਿ ਉਹ ਗੱਲ ਕਰਨ ਵੇਲੇ ਕਿਸ ਤਰ੍ਹਾਂ ਬੈਠੇਗੀ। ਕਮਾਲ ਦੀ, ਯਾਨੀ ਮੈਂ ਤਾਂ ਬਹੁਤ ਕੁਝ ਸਿੱਖਿਆ ਅਨੁਵਾਦ ਕਲਾ ਕਰਦਿਆਂ। ਤੁਹਾਨੂੰ ਬਹੁਤ ਸਾਰੇ ਬਹੁਤ ਕੁਝ ਮਿਲਿਆ, ਬਹੁਤ ਸਾਰਾ ਜਿਹੜਾ ਸੱਭਿਆਚਾਰ ਦੂਸਰੇ ਹੈ ਪ੍ਰਦੇਸ਼ਾਂ, ਦੂਸਰੇ ਦਾ ਸੱਭਿਆਚਾਰ ਪਤਾ ਲੱਗਦਾ ਹੈ, ਲਿਖਣ ਦਾ ਢੰਗ ਪਤਾ ਲੱਗਦਾ ਹੈ। ਔਰ ਮੈਂ ਤਾਂ ਸਿੱਖਿਆ ਕਿਉਂਕਿ ਸ਼ਾਇਦ ਮੈਂ ਖੁਦ ਅਨਪੜ੍ਹ ਸਾਂ ਅਤੇ ਅਨੁਵਾਦ ਕਰਦਿਆਂ ਮੈਨੂੰ ਬਹੁਤ ਕੁਝ ਪਤਾ ਲੱਗਿਆ। ਅਜੋਕੇ ਦੌਰ ਦੇ ਜਿਹੜੇ ਸਾਡੇ ਨਵੇਂ ਪੀੜ੍ਹੀ ਦੇ ਸਾਹਿਤਕਾਰ ਹੈ, ਉਹਨਾਂ ਲਈ ਕੋਈ ਸੁਨੇਹਾ ਤੁਸੀਂ ਦੇਣਾ ਚਾਹੋ? ਕਿਉਂਕਿ ਗਲਪ ਦੇ ਵਿੱਚ ਨਵੇਂ ਸਾਹਿਤਕਾਰ ਜਿਹੜੇ ਆ ਨਵੇਂ ਵਿਸ਼ਿਆਂ ਨੂੰ ਲੈ ਕੇ ਆਏ ਨੇ, ਤੁਸੀਂ ਉਹਦੇ ਬਾਰੇ ਕੁਝ ਆਪਣੇ ਪ੍ਰੇਰਨਾ ਦੇਣਾ ਚਾਹੋ? ਬੱਚੇ ਦੇਖੋ, ਨਵੇਂ ਵਿਸ਼ਿਆਂ ਨੂੰ ਤਾਂ ਲੈ ਕੇ ਆਏ ਨੇ, ਮੈਂ ਮੰਨੀ ਹਾਂ, ਕਿਉਂਕਿ ਇਤਨਾ ਸਮਾਜ ਦੇ ਵੀ ਸਾਡੇ ਉਥਲ ਪੁਥਲ ਹੋ ਗਿਆ, ਇਤਨੀ ਜਲਦੀ ਚੇਂਜਸ ਆ ਗਈਆਂ ਨੇ। ਪਰ ਮੈਂ ਨਵੇਂ ਸਾਹਿਤਕਾਰਾਂ ਨੂੰ ਇਹ ਕਹਾਂਗੀ ਕਿ ਠੀਕ ਹੈ, ਸੈਕਸ ਇਜ਼ ਦਾ ਪਾਰਟ ਆਫ ਅਵਰ ਲਾਈਫ, ਹੈ ਨਾ, ਪਰ ਉਸਨੂੰ ਇਤਨਾ ਨੰਗਾ ਨਾ ਕਰਨ ਕਿ ਤੁਹਾਨੂੰ ਪੜ੍ਹਦਿਆਂ ਹੀ ਸ਼ਰਮ ਜਿਹੀ ਆ ਜਾਏ ਕਿ ਇਹ ਕੀ ਹੈ। ਠੀਕ ਹੈ, ਹਰ ਨਾਵਲ ਵਿੱਚ, ਕਹਾਣੀ ਵਿੱਚ ਦਿਓ, ਪਰ ਕੱਚ ਨੁੱਟ ਕੇ ਦੇਣਾ ਚਾਹੀਦਾ। ਮੇਰਾ ਆਪਣਾ ਇਹ ਖਿਆਲ ਹੈ ਕਿ ਇਹ ਚੀਜ਼ ਹੋਵੇ। ਮੇਰੀਆਂ ਲਿਖਤਾਂ 'ਚ ਵੀ ਆਉਂਦਾ, ਜ਼ਰੂਰ ਆਉਂਦਾ, ਕਿਉਂਕਿ ਜੇ ਤੁਸੀਂ ਜ਼ਿੰਦਗੀ ਦੇ ਵਿੱਚੋਂ ਹੀ ਨਾਵਲ ਲਿਖਣਾ, ਜ਼ਿੰਦਗੀ ਦੇ ਵਿੱਚੋਂ ਹੀ ਕਹਾਣੀ ਨੂੰ ਡਿਪਿਕਟ ਕਰਨਾ, ਤਾਂ ਇਹ ਚੀਜ਼ ਜ਼ਰੂਰ ਆਏਗੀ, ਪਰ ਕੱਚ ਨੁੱਟ ਕੇ ਆਉਣੀ ਚਾਹੀਦੀ ਹੈ, ਸ਼ਰਮ ਨਹੀਂ ਆਉਣੀ ਚਾਹੀਦੀ। ਬਿਲਕੁਲ, ਔਰ ਅਸੀਂ ਜਿਹੜੇ ਨਵੇਂ ਪੀੜ੍ਹੀ ਦੇ ਨੌਜਵਾਨ ਬੱਚੇ ਆ, ਉਹਨਾਂ ਨੂੰ ਸਾਹਿਤ ਨਾਲ ਕਿਵੇਂ ਜੋੜੀਏ, ਇਹ ਵੀ ਇੱਕ ਬੜਾ ਗੰਭੀਰ ਮਸਲਾ ਹੈ। ਮੇਰਾ ਖਿਆਲ ਹੈ ਨਵੀਂ ਪੀੜ੍ਹੀ ਨਵੇਂ ਲੋਕਾਂ ਨੂੰ ਜੋੜਨ ਵਾਸਤੇ ਸ਼ਾਇਦ ਸੈਕਸ ਵੱਲ ਜ਼ਿਆਦਾ ਨੰਗੇਜ ਦੱਸ ਰਹੀ ਹੈ, ਤਾਂ ਕਿ ਉਹ ਜ਼ਿਆਦਾ ਜੋੜਨ। ਪਰ ਇਹ ਗੱਲ ਠੀਕ ਨਹੀਂ, ਮਤਲਬ ਆਪਣੀਆਂ ਪਰੰਪਰਾਵਾਂ ਸੱਭਿਆਚਾਰ ਸੱਭਿਆਚਾਰ ਦੇ ਵਿੱਚ ਹੋਣਾ ਚਾਹੀਦਾ। ਬਿਲਕੁਲ, ਸਾਡਾ ਇਹ ਸੱਭਿਆਚਾਰ ਨਹੀਂ। ਅੱਜ ਦੇ ਕੁੜੀਆਂ ਦੇਖੋ, ਅੱਜ ਦੇ ਕੱਪੜੇ, ਮਤਲਬ ਅਸੀਂ ਨਵੀਆਂ ਜਿਹੜੀਆਂ ਪਰੰਪਰਾਵਾਂ, ਨਵੀਆਂ ਚੀਜ਼ਾਂ ਨੂੰ ਅਪਣਾਉਂਦੇ ਹੋਏ ਪਰੰਪਰਾਵਾਂ ਦੇ ਨਾਲ ਵੀ ਜੁੜੇ ਰਹੀਏ, ਤਾਂ ਕਿ ਜਿਹੜਾ ਸਾਡਾ ਸੱਭਿਆਚਾਰ ਹੈ ਸਾਹਿਤ ਦੇ ਵਿੱਚ ਚੰਗੀ ਤਰ੍ਹਾਂ। ਉੱਚੇ ਉੱਠਣਾ ਕੋਈ ਬੁਰੀ ਗੱਲ ਥੋੜ੍ਹੀ ਹੈ, ਉੱਚੇ ਤੋਂ ਉੱਚੇ ਉੱਠੋ, ਨਵੇਂ ਤੋਂ ਨਵੀਆਂ ਚੀਜ਼ਾਂ ਅਪਣਾਓ, ਨਵੀਆਂ ਤੋਂ ਨਵੀਆਂ ਚੀਜ਼ਾਂ ਸਿੱਖੋ, ਪਰ ਕੱਜ ਨੋਟ ਕੇ। ਅਤੇ ਤੁਹਾਡੀਆਂ ਭਵਿੱਖ ਦੀਆਂ ਯੋਜਨਾਵਾਂ, ਕਿਉਂਕਿ ਸਾਹਿਤ ਤੁਸੀਂ ਨਿਰੰਤਰ ਲਿਖਦੇ ਹੋ, ਲਿਖਦੇ ਰਹਿੰਦੇ ਹੋ, ਤੁਹਾਡਾ ਪਰਿਵਾਰ ਤੁਹਾਨੂੰ ਸਹਿਯੋਗ ਦਿੰਦਾ,
ਭਵਿੱਖ ਦੀਆਂ ਯੋਜਨਾਵਾਂ ਕੁਛ ਤੁਸੀਂ ਲਿਖਣੇ ਪਾਇਆ ਹੋਵੇ, ਕੁਝ ਨਵਾਂ ਲਿਖਣ ਦੀ ਇੱਛਾ? ਬੇਟੇ ਮੇਰਾ ਨਾਵਲ ਛਪ ਰਿਹਾ ਅੰਧਕੂਪ, ਠੀਕ ਹੈ, ਹਾਂਜੀ, ਦੈਟ ਇਜ਼, ਔਰ ਮੈਂ ਇਹ ਦੱਸਾਂ ਕਿ ਮੇਰਾ ਹਰ ਨਾਵਲ ਵੱਖਰੇ ਕਿਸਮ ਦਾ ਹੈ। ਜਲ ਬਿਨ ਕੁੰਭੇ ਉਹ ਡੋਗਰਾ ਲੈਂਗੁਏਜ, ਡੋਗਰਾ ਐਟਮੋਸਫੀਅਰ, ਡੋਗਰਾ ਕਲਚਰ ਦੇ ਉੱਤੇ ਬੇਸਡ ਹੈ। ਉਸ ਤੋਂ ਬਾਅਦ ਆਉਂਦਾ ਕਲਰ ਕਿਹੜੀ ਛੱਪੜੀ। ਕਲਰ ਕਿਹੜੀ ਛੱਪੜੀ ਜਿਹੜਾ ਬਿਲਕੁਲ ਪੂਰਨ ਸਿੰਘ ਦੀ ਓਪਨ ਜਿਹੜੀ ਕਵਿਤਾ ਹੈ ਉਸਦੇ ਵਾਂਗਰ ਇੱਕ ਓਪਨ ਨਾਵਲ ਹੈ। ਉਸ ਵਿੱਚ ਕੋਈ ਬੰਦਿਸ਼ ਨਹੀਂ, ਕੋਈ ਸਿਖਰ ਨਹੀਂ, ਕੋਈ ਉਸਦੇ ਵਿੱਚ ਇੱਕ ਗਲੀ ਹੈਗੀ ਮੁੱਖ ਪਾਤਰ, ਔਰ ਉਸ ਗਲੀ ਦੇ ਵਿੱਚ ਰਹਿਣ ਵਾਲੇ ਜਿਹੜੇ ਨੇ ਉਹਨਾਂ ਦੀਆਂ ਕਹਾਣੀਆਂ, ਉਹ ਉਹਨਾਂ ਦੀ ਜ਼ਿੰਦਗੀ, ਉਹਨਾਂ ਦੀਆਂ ਕਹਾਣੀਆਂ ਕਿ ਕਿਸ ਤਰ੍ਹਾਂ ਪਹਿਲੇ ਅਮੀਰ ਤੋਂ ਅਮੀਰ ਅਤੇ ਉੱਚੀ ਤੋਂ ਉੱਚੀ ਜ਼ਾਤ ਵਾਲੇ ਛੋਟੀਆਂ ਜ਼ਾਤਾਂ ਅਤੇ ਗਰੀਬਾਂ ਦਾ ਕਿਸ ਤਰ੍ਹਾਂ ਖਿਆਲ ਰੱਖਦੇ ਸਨ। ਬੇਸ਼ੱਕ ਉਹ ਅਨਟੱਚਬਿਲਟੀ ਸੀ, ਸਲਵਾਰਾਂ ਛੁੰਕ ਕੇ ਜਾਂਦੇ ਸਨ, ਪਰ ਉਹਨਾਂ ਦੇ ਵਿਹੜੇ 'ਚ ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਹੁੰਦੇ ਸੀ। ਉਸ ਤੋਂ ਬਾਅਦ ਆਇਆ ਸੀ ਜੀ ਕਨਕ ਕਾਮਣੀ। ਕਨਕ ਕਾਮਣੀ ਇੱਕ ਐਸੀ ਔਰਤ ਦੀ ਕਹਾਣੀ ਹੈ। ਮਨੋ ਅੰਮ੍ਰਿਤਾ ਜੀ ਨੇ ਕਿਹਾ ਸੀ ਕਿ ਚੰਦਨ ਨਾਵਲ ਤਾਂ ਬਹੁਤ ਅੱਛਾ ਹੈ, ਪਰ ਤੂੰ ਇਸ ਦੇ ਵਿੱਚ ਔਰਤ ਨੂੰ ਡੇਗ ਦਿੱਤਾ। ਮੈਂ ਕਿਹਾ ਦੀਦੀ, ਔਰਤਾਂ ਨਿਰੀਆਂ ਦੇਵੀਆਂ ਤਾਂ ਨਹੀਂ ਹੁੰਦੀਆਂ, ਔਰਤਾਂ ਐਸੀਆਂ ਐਸੀਆਂ ਦਬੰਗ ਹੁੰਦੀਆਂ ਨੇ ਕਿ ਮਰਦ ਨੂੰ ਤਰਾੜ ਕੇ ਰੱਖ ਦਿੰਦੀਆਂ ਨੇ। ਔਰ ਇਸ ਦੇ ਵਿੱਚ ਪਹਿਲੀ ਦਫਾ ਇੱਕ ਖਲਨਾਇਕਾ ਔਰਤ ਦੀ ਕਹਾਣੀ ਹੈ, ਪਰ ਖਲਨਾਇਕਾ ਕਿਸ ਤਰ੍ਹਾਂ ਬਣੀ ਹੈ ਇਹ ਵੀ ਸਮਾਜ ਕਰਕੇ ਬਣੀ ਹੈ, ਨਹੀਂ ਤਾਂ ਇੱਕ ਸਿੱਧੀ ਸਾਦੀ ਔਰਤ ਸੀ। ਉਸ ਤੋਂ ਬਾਅਦ ਮਨ ਕੀ ਬਿਰਥਾ ਆਇਆ। ਕੱਲ ਮਨ ਕੀ ਬਿਰਥਾ ਇੱਕ ਐਸੇ ਬੰਦੇ ਦੀ ਕਹਾਣੀ ਹੈ ਜਿਹੜਾ ਕਿ ਇੱਥੇ ਤੱਕ ਆਰਮੀ ਦੇ ਵਿੱਚ ਕੈਪਟਨ ਸੀ। 71 ਦੀ ਵਾਰ ਉਸਨੇ ਆਪ ਲੜੀ ਸੀ, ਸਭ ਤੋਂ ਪਹਿਲਾ ਟੈਂਕ ਉਸਦਾ ਚਿਕਨ ਨੈਕ ਵਿੱਚ ਗਿਆ ਸੀ, ਪਰ ਜਦੋਂ ਉਸਦੇ ਦਿਮਾਗ ਦੇ ਵਿੱਚ ਉਹ ਕੀੜਾ ਵੜ ਗਿਆ ਕਿ ਮੈਂ ਅਮੈਰੀਕਾ ਜਾਣਾ ਅਤੇ ਕਿਸ ਤਰ੍ਹਾਂ ਗਲਤ ਰਸਤਿਆਂ ਦੇ ਥਰੂ ਉਹ ਉੱਥੇ ਵੜ ਗਿਆ, ਅਤੇ ਉੱਥੇ ਡਾਲਰ ਕੋਈ ਦਰਖਤਾਂ ਨਾਲ ਤਾਂ ਨਹੀਂ ਲੱਗੇ ਹੁੰਦੇ। ਉਸ ਤੋਂ ਬਾਅਦ ਆ ਗਿਆ ਜੀ ਮੇਰਾ ਸੁੱਕੇ ਕਾਸਟ। ਸੁੱਕੇ ਕਾਸਟ ਇੱਕ ਪਿਸ਼ਾਵਰ ਤੋਂ ਜੈਤੋ ਦੇ ਮੋਰਚੇ ਦੀ ਕਹਾਣੀ। ਜੈਤੋ ਦੇ ਮੋਰਚੇ ਤੋਂ ਆ ਕੇ 1984 ਤੱਕ ਇੱਕ ਸਿੱਖ ਪਰਿਵਾਰ ਨਾਲ ਕੀ ਗੁਜ਼ਰਦਾ ਹੈ, ਔਰ ਵਿਦ ਹਿੰਦਕੋ ਬੋਲੀ ਉਸ ਦੇ ਵਿੱਚ। ਅਤੇ ਹੁਣ ਜਿਹੜਾ ਨਾਵਲ ਛਪ ਰਿਹਾ ਉਸ ਦੇ ਵਿੱਚ ਕਸ਼ਮੀਰ ਦੇ ਉੱਤੇ ਜਿਹੜਾ ਕਬਾਇਲੀ ਹਮਲਾ ਹੋਇਆ ਸੀ, ਅਤੇ ਜੀ, ਅਤੇ ਜਿਹੜਾ ਆਕੋਪਾਈਡ ਕਸ਼ਮੀਰ ਹੈ ਹੁਣ, ਉਹ ਲੋਕ ਜਦੋਂ ਆਏ ਸਨ ਤਾਂ ਮੈਂ ਬਹੁਤ ਛੋਟੀ ਸਾਂ, ਉਹ ਕਿਸ ਤਰ੍ਹਾਂ ਕਾਫਲਿਆਂ 'ਚ ਆਏ, ਕਿਸ ਤਰ੍ਹਾਂ ਉਹਨਾਂ ਨੇ ਤਕਲੀਫਾਂ ਚੱਲੀਆਂ, ਹਾਲੇ ਕਿ ਅਸਾਂ ਵੀ ਖੁਦ ਚੱਲੀਆਂ ਸਨ, ਪਰ ਉਤਨੀਆਂ ਨਹੀਂ ਜਿਤਨੀਆਂ ਕਿ ਉਹਨਾਂ ਕਾਫਲਿਆਂ ਨੇ ਚੱਲੀਆਂ ਸਨ, ਕਿਉਂਕਿ ਅਸੀਂ ਪਹਿਲਾਂ ਆ ਗਏ ਸਾਂ। ਇਹ ਉਸ ਉੱਤੇ ਬੇਸਡ ਹੈ, ਤੇ ਉਹ ਹੁਣ ਮੇਰਾ ਖਿਆਲ ਮਹੀਨੇ 2 ਵਿੱਚ ਤੁਹਾਡੇ ਹੱਥਾਂ ਵਿੱਚ ਆ ਜਾਏਗਾ। ਠੀਕ ਹੈ ਜੀ, ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਡੀ ਨਵੀਂ ਰਚਨਾ ਵਾਸਤੇ। ਤੇ ਸੁੱਕੇ ਕਾਸਟ ਜਿਹੜਾ ਸੀ ਰੋਜ਼ਾਨਾ ਜੀਤ ਦਾ ਸ਼ਿੰਗਾਰ ਬਣਦਾ ਰਿਹਾ, ਬਹੁਤ ਸਮਾਂ ਤੁਸੀਂ ਇਹਦਾ ਇਸ ਨਾਵਲ 3.5 ਸਾਲ ਆਉਂਦਾ ਰਿਹਾ ਲਗਾਤਾਰ, 3.5 ਸਾਲ। ਤੇ ਅਸੀਂ ਤੁਹਾਡੇ ਲਈ ਭਵਿੱਖ ਲਈ ਸ਼ੁਭ ਕਾਮਨਾਵਾਂ ਸ਼ੁਭਕਾਮਨਾਵਾਂ ਕਰਦੇ ਹਾਂ ਜੀਤ ਵੈਬ ਦੀ ਪੂਰੀ ਟੀਮ ਵੱਲੋਂ, ਜੀਤ ਰੋਜ਼ਾਨਾ ਜੀਤ ਵੱਲੋਂ, ਕਿਉਂਕਿ ਜਿਹੜੀਆਂ ਤੁਹਾਡੇ ਵਰਗੀਆਂ ਸ਼ਖਸੀਅਤਾਂ ਨੇ, ਨਾਰੀ ਸ਼ਕਤੀ, ਨਾਰੀ ਸਿੱਖਿਆ ਅਤੇ ਨਾਰੀ ਆਜ਼ਾਦੀ ਦੀ ਜ਼ਿੰਦਾ ਮਿਸਾਲ ਨੇ। ਅਤੇ ਆਉਣ ਵਾਲੇ ਸਮੇਂ 'ਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਹਿਤ ਰਚਨਾ ਦੇ ਵਿੱਚ ਇਸ ਤਰ੍ਹਾਂ ਹੀ ਰੁੱਝੇ ਰਹੋਗੇ ਅਤੇ ਪੰਜਾਬੀ ਪਾਠਕਾਂ ਨੂੰ ਬਹੁਤ ਨਵੀਆਂ ਤੋਂ ਨਵੀਆਂ ਰਚਨਾਵਾਂ, ਨਵੇਂ ਵਿਸ਼ੇ ਦਿੰਦੇ ਰਹੋਗੇ। ਇਸੇ ਉਮੀਦ ਨਾਲ ਅਸੀਂ ਵਿਦਾ ਲੈਂਦੇ ਹਾਂ। ਤੁਸੀਂ ਅੱਜ ਸਾਡੇ ਨਾਲ ਗੱਲਬਾਤ ਕੀਤੀ, ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਅਜੀਤ ਵੈਬ TV ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਬੁਲਾਇਆ ਇੱਥੇ, ਅਤੇ ਸਾਰੀ ਦੁਨੀਆ ਵਿੱਚ ਮੇਰਾ ਖਿਆਲ ਇਹ ਗੱਲਬਾਤ ਪਹੁੰਚੇਗੀ। ਪਿਆਰੇ ਦਰਸ਼ਕੋ, ਇਹ ਸੀ ਅੱਜ ਦੀ ਮੁਲਾਕਾਤ ਮੈਡਮ ਚੰਦਨ ਨੇਗੀ ਜੀ ਨਾਲ, ਜਿਨ੍ਹਾਂ ਨੂੰ ਸ਼੍ਰੋਮਣੀ ਸਾਹਿਤਕਾਰਾਂ ਦਾ ਅਵਾਰਡ ਮਿਲਿਆ। ਅਤੇ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਨਾਲ ਮੁਲਾਕਾਤ ਕਰਨ ਲਈ। ਤਦ ਤੱਕ ਲਈ ਦਿਓ ਇਜਾਜ਼ਤ, ਬਹੁਤ ਬਹੁਤ ਸ਼ੁਕਰੀਆ।